ਜੀ ਚੱਕਾ ਜਾਮ ਜੋ ਵੀ ਮੋਦੀ ਸਰਕਾਰ ਕਾਲੇ ਕਾਨੂੰਨ ਜਿਹੜੇ ਲਿਆਂਦੇ ਹੋਏ ਨੇਗੇ ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਲੜ ਰਹੇ ਨੇਗੇ ਪਰ ਜਿਹੜੀਆਂ ਸਰਕਾਰਾਂ ਨੇਗੀਆਂ ਉਹ ਇਹਨਾਂ ਦੇ ਲੋਕਾਂ ਦੀ ਸੁਣਨ ਦੀ ਬਜਾਏ ਉਹਨਾਂ 'ਤੇ ਹੋਰ ਅਤਿਆਚਾਰ ਕਰਿਆ ਜਾ ਰਿਹਾ ਹੈਗਾ ਅਤੇ ਉਹਨਾਂ ਦੇ ਪਾਣੀ ਬੰਦ ਕਰੇ ਜਾ ਰਹੇ ਨੇ ਉਹਨਾਂ ਨੂੰ ਕਿੱਲ ਰੋਕਣ ਲਈ ਕਿੱਲ ਲਾਏ ਜਾਂਦੇ ਨੇਗੇ ਕਿਰਨੀਲੀਆਂ ਤਾਰਾਂ ਲਾਈਆਂ ਜਾਂਦੀਆਂ ਜਿਹੜੇ ਕਿ ਅਸੀਂ ਆਵਾਰਾ ਪਸ਼ੂਆਂ ਨੂੰ ਲਾਉਣੇ ਆਗੇ ਇਸੇ ਤਰ੍ਹਾਂ ਕਰਕੇ ਅਸੀਂ ਉਹਨਾਂ ਨੂੰ ਸੁਣਾਉਣ ਦੇ ਮਾਰਿਆ ਨੇ ਵੀ ਅਸੀਂ ਜੋ ਚੱਕਾ ਜਾਮ ਕੀਤਾ ਅਸੀਂ ਕਰ ਸਕਦੇ ਹਾਂ ਵੀ ਤੁਸੀਂ ਲੋਕਾਂ ਨੂੰ ਨਹੀਂ ਰੋਕ ਸਕਦੇ ਇਸ ਕਰਕੇ ਅੱਜ ਜਿਹੜਾ ਸੀ ਇਹ ਮਾਨਸਾ ਦੇ ਵਿੱਚ ਅੰਡਰਬ੍ਰਿਜ ਦੇ ਉੱਤੇ ਜਿਹੜਾ ਚੱਕਾ ਜਾਮ ਕੀਤਾ ਹੋਇਆ ਹੈਗਾ ਜੋ ਅੱਜ ਇਹ ਮਤਲਬ ਪੂਰੇ ਦੇਸ਼ ਦੇ ਵਿੱਚ ਜਿਹੜਾ ਚੱਕਾ ਜਾਮ ਕੀਤਾ ਗਿਆ ਹੈ ਉਹ ਇਸ ਕਰਕੇ ਕੀਤਾ ਗਿਆ ਕਿ ਜਿਹੜਾ ਮੋਦੀ ਸਰਕਾਰ ਹੈ ਉਹ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕਿਸਾਨਾਂ ਨਾਲ ਬੈਠ ਕੇ ਟੇਬਲ ਦੇ ਉੱਤੇ ਗੱਲ ਕਰਨ ਦੀ ਬਜਾਏ ਉਹ ਸੜਕਾਂ ਦੇ ਉੱਪਰ ਕਿੱਲ ਲਾ ਰਹੇ ਨੇ ਉਹ ਬੈਰੀਕੇਡਾਂ ਨੂੰ ਪੱਕੇ ਕਰ ਰਹੇ ਨੇ ਸੜਕਾਂ 'ਤੇ ਕੰਧਾਂ ਕੱਢ ਕੇ ਜਿਵੇਂ ਚਾਈਨਾ ਪਾਕਿਸਤਾਨ ਜਿਹੜੇ ਕੰਟਰੀਆਂ ਤੋਂ ਸਾਡੇ ਦੇਸ਼ ਨੂੰ ਖਤਰਾ ਹੈ ਉਹਨਾਂ ਦੇ ਖਿਲਾਫ਼ ਅਸੀਂ ਆਪਦੀ ਤਾਰਬੰਦੀ ਕਰਦੇ ਹਾਂ ਉਸ ਤਰੀਕੇ ਦੀ ਤਾਰਬੰਦੀ ਮਤਲਬ ਸਾਡੇ ਕਿਸਾਨਾਂ ਦੇ ਵਿਚਾਲੇ ਕੀਤੀ ਜਾ ਰਹੀ ਹੈ ਗੱਲਬਾਤ ਨਹੀਂ ਕੀਤੀ ਜਾ ਰਹੀ ਅੱਜ ਸਾਡੇ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਪਰ ਪੂਰੇ ਭਾਰਤ ਦੇ ਵਿੱਚ ਇਹ ਅਸੀਂ ਚੱਕਾ ਜਾਮ ਕਰਨ ਦੀ ਜੋ ਕਾਲ ਆਈ ਸੀ ਉਸ ਦੇ ਤਹਿਤ ਅਸੀਂ ਮਾਨਸਾ ਦੇ ਜਿਹੜਾ ਓਵਰਬ੍ਰਿਜ ਹੈ ਉਹਦੇ ਉੱਪਰ ਅਸੀਂ ਇਕੱਠੇ ਹੋ ਕੇ ਬੈਠੇ ਹਾਂ ਇੱਥੋਂ ਦਾ ਚੱਕਾ ਜਾਮ ਕੀਤਾ ਹੋਇਆ ਤਾਂ ਕਿ ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੂੰ ਸਾਨੂੰ ਕਿੱਲਾ ਨਾਲ ਨਹੀਂ ਰੋਕ ਸਕਦਾ ਚੱਕਾ ਜਾਮ ਤਾਂ ਜੇ ਰੋਕ ਸਕਦੇ ਹਾਂ ਤਾਂ ਅਸੀਂ ਲੋਕ ਰੋਕ ਸਕਦੇ ਹਾਂ ਤਾਂ ਇਸ ਲਈ ਉਹ ਆਪਣੀ ਅਕਲ 'ਤੇ ਹੱਥ ਮਾਰੇ ਜਿਹੜੇ ਇਹ ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰੇ ਦੇਸ਼ ਨੂੰ ਫਸੀ ਹੋਈ ਸਮੱਸਿਆ ਦੇ ਵਿੱਚ ਕਿਸਾਨ ਨੇ ਵਪਾਰੀ ਨੇ ਮਜ਼ਦੂਰ ਨੇ ਉਹਨਾਂ ਨੂੰ ਇਹ 'ਚੋਂ ਕੱਢੇ ਇਹ ਉਹਦੇ ਲਈ ਚੰਗੀ ਗੱਲ ਨਹੀਂ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਅਤੇ ਇਹਦੇ ਵਿਰੋਧ 'ਚ ਅਸੀਂ ਅੱਜ ਮਤਲਬ ਕਿ ਸ਼ਾਂਤਮਈ ਤਰੀਕੇ ਦੇ ਨਾਲ ਇਹ ਚੱਕਾ ਜਾਮ ਕਰਕੇ ਇਹ ਸੰਕੇਤ ਭੇਜਣ ਦੇ ਲਈ ਮੋਦੀ ਦੇ ਖਿਲਾਫ਼ ਇਹ ਅੱਜ ਕੀਤਾ ਹੋਇਆ।